ਪੁੱਤ ਪਤਾ ਕੀ ਹੈ? ਹਾਂਜੀ, ਜਦੋਂ ਗੱਡੀ ਕੱਢੀ ਹੈ ਨਾ ਫੈਸਲਾਬਾਦ ਤੋਂ, ਹਾਂਜੀ, ਉਸ ਵੇਲੇ ਮੈਨੂੰ ਥੋੜ੍ਹਾ ਨੀਂਦ ਦਾ ਝਟਕਾ ਲੱਗਿਆ। ਅੱਛਾ, ਮੈਂ ਆਖਿਆ ਹੁਣ 70-80 ਸਵਾਰੀ ਬਿਠਾਈ, ਤਾਂ ਮੈਂ ਰਾਤੀ ਉੱਥੇ ਰੋਕ ਕੇ ਚਾਹ ਪੀਤੀ ਮੋਟਰਵੇ ਤੇ। ਨੀਂਦ ਤਾਂ ਬੜਾ ਝਟਕਾ ਲੱਗਣ ਡਿਆ ਸੀ। ਅੱਛਾ, ਹੁਣ ਤੁਸੀਂ ਚੱਜ ਘੁੱਟੇ ਭਰੋ, ਮੈਂ ਝੱਟ ਸੌ ਲਵਾਂ, ਐਵੇਂ ਨੀਂਦ ਆ ਜਾਵੇ ਤੇ ਨਿਕਲਣਾ ਜਾਇਜ਼ ਲੱਗੇ ਰਿਹਾ ਜੀ। ਸੱਜਾ ਮੁੜੋਗੇ ਨਾ ਤੇ ਸਾਈਡ ਤੇ ਪਿੱਪਲ ਆਉਂਦਾ ਵਾ, ਪਿੱਪਲ ਥੱਲੇ ਬੈਠਾ ਹੋਣਾ, ਉਹਦਾ ਬਕਸਰ ਬਾਹਰ ਹੀ ਬੈਠਾ ਡੇਰਾ ਉਹਦਾ ਉੱਥੇ ਹੈਗਾ। ਖੈਰ ਸੀ, ਕੀ ਗੱਲ ਸੀ? ਖੈਰ ਸੀ, ਕੰਮ ਵਾਸਤੇ ਬੁਲਾਇਆ ਉਹਨੇ। ਅੱਛਾ ਅੱਛਾ, ਉਹ ਡਰਾਈਵਰ ਸ਼ੇਅਰ ਵੀ ਕਰਦਾ ਮੈਨੂੰ ਲੱਗਾ ਨਾ, ਜੀ ਜੀ ਜੀ, ਦੋ ਬੰਦੇ ਕਹਿੰਦੇ ਕੰਮ ਦੀ ਜ਼ਰੂਰਤ ਹੈਗੀ। ਚਲੋ ਬੇਤਰ ਅਸੀਂ ਕਿਸੇ ਹੋਰ ਨੇ ਫਿਰ ਸਾਨੂੰ ਕਿ ਚਲੋ ਤੁਹਾਡੀ ਰੋਜ਼ ਹੀ ਬਣ ਜਾਵੇ ਯਾਰ, ਕਾਹਦਾ ਰੌਲਾ, ਨਿੱਕੇ ਨਿੱਕੇ ਬੱਚੇ ਠੀਕ ਹੈ ਭਾਈ? ਠੀਕ ਹੈ ਮਿਹਰਬਾਨੀ। ਹਾਂਜੀ ਉਸਤਾਦ, 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 ਵਾਲੇਕੁਮ ਸਲਾਮ। ਕੌਣ ਭਾਈ ਜਾਨ? ਤੁਸੀਂ ਬੁਲਾਇਆ ਸੀ ਸਾਨੂੰ? ਅੱਛਾ ਅੱਛਾ, ਆਰਫ ਨੇ ਫੋਨ ਕੀਤਾ ਸੀ, ਕਹਿੰਦੇ ਦੋ ਬੰਦੇ ਤੁਸੀਂ? ਹਾਂਜੀ ਹਾਂਜੀ। ਅੱਛਾ, ਬਹਿ ਜਾਈ, ਹਾਂ ਬਹਿ ਜਾਓ ਬਹਿ ਜਾਓ, ਖਾਣਾ ਪੀਣੇ ਦੀ ਸੁਣਾਓ। ਨਹੀਂ ਬਸ ਸ਼ੁਕਰੀਆ, ਖਾ ਪੀ ਲਓ ਕੁਛ। ਨਹੀਂ ਖਾ ਪੀ ਲਓ। ਅੱਛਾ, ਆਪਣਾ ਇਹ ਦੱਸੋ ਕਿ ਕੰਮ ਕਰ ਲੋਗੇ ਨਾ? ਬਿਲਕੁਲ, ਜ਼ਾਹਿਰੀ ਗੱਲ ਜੀ, ਕਿਉਂ ਨਹੀਂ ਕਰਨਾ, ਕੰਮ ਕਰਨਾ ਕਿਉਂ? ਬਿਲਕੁਲ, ਜਦੋਂ ਕਰਨਾ ਕੰਮ ਨਹੀਂ। ਤੁਹਾਨੂੰ ਪਤਾ ਮੈਂ ਸ਼ਾਲੀ ਮਾਰੀ ਚਲਾਈ ਹੈ, ਕੋਸਤਾਨ ਚੀਮਾ ਟੈਮ ਗੁੱਜਰ ਤਿਆਰੇ। ਬਿਲਕੁਲ ਜੀ, ਵੜਾਏ ਤਿਆਰੇ ਹੁੰਦੇ ਸੀ ਪਹਿਲੇ, ਗੁੱਜਰ ਤਿਆਰੇ ਹੋਏ ਆ। ਉਸਤਾਦ ਜੀ ਇੱਕ ਵਾਰ ਕਸ਼ਮੀਰ ਕੋਚ ਵੀ ਮੈਂ ਡਰਾਈਵ ਕੀਤੀ ਜੀ। ਦੱਸਦੇ ਪੈ ਮੇਰੇ ਭਾਈ ਇੱਕ ਘਰ ਆਏ। ਉਸਤਾਦ ਜੀ ਤੁਸੀਂ ਇੱਕ ਵਾਰੀ ਦੱਸਣਾ ਐ ਸਟਾਫ ਨੂੰ। ਅੱਛਾ, ਦੁਬਾਰਾ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ, ਕਿਉਂ? ਹਾਂ ਬਿਲਕੁਲ ਜੀ, ਅਸੀਂ ਇਹੋ ਜਿਹੀ ਕਨੈਕਟਰੀ ਕਰਾਂਗੇ, ਤੁਸੀਂ ਯਾਦ ਰੱਖੋ। ਨਹੀਂ ਕਨੈਕਟਰੀ ਵਾਲਾ ਕੰਮ ਹੀ ਨਹੀਂ ਤੁਹਾਡਾ, ਤੁਹਾਨੂੰ ਸਟਾਪਾਂ ਵਾਲਾ ਕੰਮ ਹੀ ਨਹੀਂ। ਟਿਕਟਾਂ ਕੱਟ ਕੁੱਟ ਲਾਂਗੇ, ਚੱਲ ਮੈਂ ਟਿਕਟਾਂ ਕੱਟ ਲਾਂਗਾ। ਫੈਸਲਾਬਾਦ ਤੋਂ ਗੱਡੀ ਆਪਣੀ ਹੁੰਦੀ ਆ ਮੁਲਤਾਨ, ਠੀਕ ਹੈ? ਅੱਛਾ, ਕੋਸਤਾਨ, ਅਤੇ ਫੈਸਲਾਬਾਦ ਤੋਂ ਜਿਵੇਂ ਵੇਖਣਾ ਨੇ ਮੈਂ ਹਾਰਨ ਦਿੱਤਾ, ਤੁਸੀਂ ਵੜ ਜਾਣਾ। ਸਹੀ ਠੀਕ ਹੋ ਗਿਆ, ਸਟਾਫ ਤੇ ਅਸੀਂ ਅੱਗੇ ਖੜੇ ਹੋਵਾਂਗੇ ਨਾ? ਸਟਾਫ ਤੇ ਨਹੀਂ, ਉੱਥੇ ਅੱਡੇ 'ਤੇ ਹੋਣਾ ਤੁਸੀਂ? ਅੱਡੇ, ਹਾਂ ਅੱਡੇ 'ਤੇ ਹੀ, ਜਦੋਂ ਚੇਂਜ ਹੁੰਦੇ ਆ ਕਨੈਕਟਰ। ਕਨੈਕਟਰ ਉਹ ਕਨੈਕਟਰ ਦਾ ਕੰਮ ਨਹੀਂ ਤੁਹਾਡਾ ਯਾਰ, ਹੋਰ ਕੋ ਕੰਮ। ਮੈਂ ਹਾਰਨ ਦੇਣਾ, ਤੁਸੀਂ ਵੜ ਜਾਣਾ ਵਿੱਚ। ਸਹੀ, ਪਹਿਲਾ 100 ਤੁਹਾਨੂੰ ਮੈਂ ਦੇਣਾ। ਹਾਂਜੀ, ਪਹਿਲਾ 100 ਤੁਹਾਨੂੰ ਦੇਣਾ ਮੈਂ। ਅੱਛਾ ਅੱਛਾ, ਬਸ ਐਵੇਂ ਤੁਸੀਂ ਬਸ ਦੀ ਚੱਕਰੀ ਲਾਣੀ ਹੈ ਤਾਂ ਫਿਰ ਲੈ ਜਾਣਾ। ਚੱਕਰੀ ਮਤਲਬ ਅਸੀਂ ਸਮਝੇ ਨਹੀਂ ਯਾਰ, ਮੰਗਣਾ ਨਾ ਬੱਸ ਦੇ ਵਿੱਚ। ਅੱਧੇ ਪੈਸੇ ਤੁਹਾਡੇ ਹੋਣਗੇ ਮੁਲਤਾਨ ਆ ਕੇ, ਤੇ ਅੱਧੇ ਮੇਰੇ। ਭਾਈ ਜਾਨ ਮਜ਼ਾਕ ਦਾ ਟਾਈਮ ਨਹੀਂ ਹੈ, ਸੁਬਹ ਸੁਬਹ ਦਾ ਟਾਈਮ ਹੈ। ਭਾਈ ਤੁਹਾਨੂੰ ਬੱਸ ਕੋਈ ਬਲੈਕਮੇਲ ਨਹੀਂ ਕਰੇਗਾ, ਧੱਕਾ ਨਹੀਂ ਦੇਵੇਗਾ ਯਾਰ। ਉਹ ਤੁਹਾਡੀ ਗੱਲ ਸੀ, ਮੇਰੇ ਖਿਆਲ ਮੈਂ ਕਹਿ ਦਿਆਂ ਕਿ ਮਜਬੂਰ ਇਨਸਾਨ ਨੇ ਯਾਰ। ਤੁਸੀਂ ਮਜ਼ਾਕ ਨਾ ਕਰੋ, ਸਾਡੇ ਦਿਹਾੜੀ ਦਾ ਟਾਈਮ ਹੈ, ਅਗਰ ਤਾਂ ਤੁਸੀਂ ਕੰਮ ਤੇ ਸਾਨੂੰ ਰੱਖਣਾ ਹੈ ਕਨੈਕਟਰੀ ਦੇ, ਫਿਰ ਜਿਹੜਾ ਮਹੀਨਾ ਮਹੀਨਾ ਤੁਸੀਂ ਦੇਣਾ ਫਿਕਸ ਕਰੋ।
ਤੇ ਅਸੀਂ ਆਪਣਾ ਜਾਈਏ। ਦਿਹਾੜੀ ਦਾ ਫਿਕਸ ਨਹੀਂ, ਜਿਹੜੇ ਤੁਹਾਡੇ ਚਾਰ ਅੰਨੇ ਬਣੇ ਅੱਧੇ ਤੁਸੀਂ ਲੈਣੇ ਆ। ਇੱਕ ਵਾਰੀ ਉਹ ਗੇੜਾ ਲਾ ਲਿਆ ਕਰੇਗਾ, ਤੂੰ ਲੈਣਾ ਤੇ ਫਿਰ ਇੱਕ ਤੂੰ ਚੜ ਜਾਈ, ਇੱਕ ਫੈਲੇ ਹੋ ਲਏਗਾ ਪੈਸੇ ਇਕੱਠੇ ਕਰ ਲਏਗਾ, ਦੂਜਾ ਫਿਰ ਚਲ ਜਾਏਗਾ। 200 ਪਹਿਲਾਂ ਤੁਹਾਨੂੰ ਮੈਂ ਦੇਣਾ। ਤੁਹਾਡੀ ਤੁਹਾਡੀ ਇਹ ਮਜ਼ਾਕ ਕਰਨ ਦੀ ਆਦਤ, ਤੁਸੀਂ ਡਰਾਈਵਰ ਰਹਿ ਚੁੱਕੇ ਨਾ, ਕਿਉਂ ਬਾਈ? ਬਿਲਕੁਲ ਡਰਾਈਵਰ ਸਾਡਾ ਨਹੀਂ, ਸਵਾਰੀਆਂ ਨਹੀਂ ਹੈਗੀਆਂ। ਸਾਨੂੰ ਆਰਫ ਭਾਈ ਨੇ ਭੇਜਿਆ ਤੇ ਹੁਣ ਸਾਨੂੰ ਤੇ ਕੰਮ ਦਵੋ, ਜੇ ਹੈ ਤੇ ਠੀਕ ਹੈ, ਜੇ ਨਹੀਂ ਤੇ ਫਿਰ ਅਸੀਂ ਚੱਲਦੇ ਹਾਂ। ਹਾਂ ਬਿਲਕੁਲ। ਉਹ ਭਾਈ ਤੁਸੀਂ ਮੰਗਣਾ ਵਿੱਚ, ਮੈਂ ਸੀਰੀਅਸ ਕਹੀ ਜਾਂਦਾ ਯਾਰ, ਇਹ ਕੋਈ ਕੰਮ ਹੈ? ਇਹ ਕੀ ਕੰਮ? ਕੰਮ ਨਹੀਂ, ਇਹ ਬੰਦੇ ਨਹੀਂ ਕਰਦੇ ਕੋਈ ਕੰਮ, ਤਮੀਜ਼ ਵਾਲਾ ਕੋਈ ਕੰਮ ਦਾ ਜਿਹੜਾ ਅਸੀਂ ਕੰਮ ਕਰੀ। ਉਹ ਭਾਈ ਇਹ ਵੀ ਕੰਮ ਹੀ ਹੈ, ਮੰਗਣਾ ਗੱਡੀ, ਇਹ ਮੰਗਣ ਵਾਲਾ ਕੰਮ ਹੈ। ਤੂੰ ਮਾਸਕ ਲਾ ਲਈ, ਤੇਰੀ ਪਛਾਣ ਹੁੰਦੀ। ਉਹ ਨਹੀਂ, ਮਾਸਕ ਲਾ ਲਾ ਇੱਥੇ ਜੀ ਬੰਦਾ ਯਾਰ ਤੂੰ, ਅਸੀਂ ਆ ਕੇ ਸਵੇਰ ਸਵੇਰ ਟਾਈਮ ਕੋ ਚੰਗਾ ਕੰਮ ਕਰ ਦਿੱਤੇ ਤੂੰ, ਬਲਕਿ ਹੋਰ ਕਰ, ਤੂੰ ਜਗ੍ਹਾ ਹੋਰ ਕਿਧਰੇ ਬਣਾ ਲਾ ਐ ਮੈਂ ਦੇ। ਓ ਚੱਲ ਲੈ ਬਾਈ, ਕੀ ਪਾਗਲ ਤਾਂ ਨਹੀਂ ਹੋ ਗਿਆ? ਇਹ ਪੌਣਾ ਹੈਗਾ ਇਹਦੀ ਬੜੀ ਸਪੋਰਟ ਹੋਈ ਭਾਈ ਨੇ, ਅਸੀਂ ਮਾਰ ਤੇ ਸਕਨੇ ਲੇਕਿਨ ਮੰਗ ਨਹੀਂ ਸਕਦੇ। ਹਾਂ ਭਾਈ, ਅੱਲਾ ਨੇ ਹੱਥ ਪੈਰ ਸਲਾਮਤ ਦਿੱਤੇ, ਕਮਾ ਕੇ ਖਾਵਾਂ ਸਾਨੂੰ ਕਿਹੜੀ ਲੋੜ ਭਾਈ? ਅੱਧੇ ਤੂੰ ਰੱਖਣੇ, ਤੂੰ ਘਰ ਰਹਿ ਜਾ, ਤੂੰ ਨਾ ਇਹਨੂੰ ਕਰ ਸੂਟ ਕਿਤੇ ਲਾ ਕੋ, 4-5 ਟਾਕੀਆਂ ਇੱਥੇ ਨਾ, ਇਹ ਹੋਰ ਟਾਕੀ ਹੋਏ ਥੱਲੇ, 5-7 ਟਾਕੀਆਂ ਲਾ ਕੇ ਨਾ, ਇਹਦਾ ਸੂਟ ਸਵਾ ਇੱਕ ਯਾਰ। ਕੋਈ ਪੈਸੇ ਮੇਰੇ ਕੋਲ ਲੈ ਜਾ, ਮਾਰ ਕੋਈ ਹਜ਼ਾਰ ਨੂੰ ਆ, ਪੈਸੇ ਮੇਰੇ ਕੋਲ ਲੈ ਜਾ, ਸੂਟ ਸਵਾ ਭਾਈ ਸਾਹਿਬ। ਗੱਲ ਸੁਣ ਲਈ, ਅਸੀਂ ਪੈਸੇ ਲਾ ਮਤਲਬ, ਹਾਂ ਮੂੰਹ ਠੀਕ ਹੈ ਜਿਹੜਾ ਤੂੰ ਕੰਮ ਕਰੇਗਾ ਉਹ ਕਰ ਲੈਣਗੇ। ਉਹ ਨਹੀਂ ਜਿਹੜਾ ਕੰਮ ਕਰਨਗਾ, ਅਰੇ ਬਾਈ ਆ ਕੇ ਤੈਨੂੰ ਮੰਗਾ। ਪਾਗਲ ਹੋ ਤੇ ਉਹ ਜਿਹਾ ਪਾਗਲ ਤੂੰ, ਆਰਫ ਭਾਈ ਨੇ ਸਾਨੂੰ ਇਸੇ ਕੰਮ ਵਾਸਤੇ ਭੇਜੇ। ਕਮੀਜ਼ ਥੋੜੀ ਫੱਟੀ ਹੋਣੀ ਚਾਹੀਦੀ ਤੇਰੀ, ਉਹ ਯਾਰ ਅਸੀਂ ਕਰਾਂਗੇ ਤੇ ਫੱਟੀ ਹੋਈ ਹੋਵੇਗੀ ਨਾ, ਜਦੋਂ ਅਸੀਂ ਕਰਨਾ ਹੀ ਨਹੀਂ। ਤੂੰ ਨਾ ਕਰ, ਉਹ ਖੋਂਦਾ ਪਿਆ ਬੱਚੇ ਦੀ ਰੋਜ਼ੀ ਮੇਰਾ ਕਾਲਾ ਹੈ ਕਿਹੜਾ ਬੱਚਾ, ਮੈਂ ਤੇਰੀ ਚਵਾੜਾ ਫੜ ਦੇ, ਸੱਚਾ ਗੱਲ ਜਾਣ ਦੇ, ਕੰਮ ਵੇਖ ਦੱਸ ਹੋਰ ਜਹਾਨ ਤੇ ਕੰਮ ਹੀ ਕੋਈ ਨਹੀਂ, ਅਸੀਂ ਇੱਕੋ ਕੋ ਚੰਗਾ ਕੰਮ ਨਹੀਂ ਸੀ, ਕੰਮ ਵੇਖ ਗੋਲ ਮੰਗਣਾ ਵਿੱਚ, ਤੂੰ ਮੰਗ ਲਾ ਭਾਈ। ਤੂੰ ਚੁੱਪ ਕਰਕੇ ਰਹਿਣਾ, ਪਹਿਲਾਂ 100 ਤੈਨੂੰ ਮੈਂ ਦੇਣਾ, ਫਿਰ ਕਨੈਕਟਰ ਦਰਮਿਆਨ ਜਾ ਕੇ ਤੈਨੂੰ 50 ਦੇਗਾ, ਆਟੋਮੈਟਿਕ ਪੂਰੀਆਂ ਬੱਸਾਂ ਨੇ। ਬੜਾ ਕੋ ਬਦਤਮੀਜ਼ ਬੰਨਾ ਤੂੰ ਵੈਸੇ, ਯਾਰ ਤਬ ਉੱਚਾ ਗੱਲ ਬੰਨਾ ਯਾਰ, ਉਸੇ ਬੱਤਰ ਬੰਦਾ ਹੈ, ਬੱਤਰ ਦਾ ਲਾ ਤੂੰ 50 ਹੀ ਲਾ, ਕਿੰਨੇ ਪੈਸੇ ਜਾ ਬਣਦੇ? ਤੈਨੂੰ ਬੜੀ ਗਰੰਟੀ ਆ ਵੀ ਹਰ ਬੰਦੇ ਨੇ ਪੈਸੇ ਦੇ ਦੇਗਾ, 2-3 ਹਜ਼ਾਰ ਅਗਰ ਤੂੰ ਕਰ ਲੈ ਮਰ ਲੈ, ਸਾਨੂੰ ਲਾਨੇ ਕੰਮ ਤੇ ਉਸਤੇ ਨਾ ਬੱਚਾ, ਤੈਨੂੰ ਨਾ ਕੁਛ 90 ਨਾ 2000 ਦਿਹਾੜੀ ਮੇਰੇ ਕੋਲ ਲੈ ਲਿਆ ਕਰ, ਆਇਆ ਕਰ ਤੂੰ ਫੈਸਲਾਬਾਦ ਤੋਂ ਮੁਲਤਾਨ ਤੇ ਮੁਲਤਾਨ ਨੂੰ ਫੈਸਲਾਬਾਦ, ਇਹ ਗੇੜਾ ਕੱਢ ਲੈ ਜੇ 10,000 ਰੁਪਏ ਤੂੰ ਨਾ ਬਣਾਏ ਮੈਨੂੰ ਭਾਲ ਲੈ, ਅਸੀਂ ਇਹੋ ਜਿਹੇ ਕੰਮ ਤੇ ਠੋਕਦੇ ਵੀ ਨਹੀਂ, ਅੱਡੇ ਤੇ ਵੀ ਤੁਹਾਨੂੰ ਆਵਾਮ ਦੇ ਵੀ, ਉਹ ਲਾਨਤ ਪਾਨੇ ਅਸੀਂ ਇਹੋ ਜਿਹੇ ਕੰਮ ਤੇ ਅੱਡੇ 'ਚ। ਮੂੰਹ ਇਹਨਾਂ ਤੋਂ ਲੋਕਾਂ ਬੜੇ ਪੈਸੇ ਦੇ, ਕਿਹੜਾ ਮੂੰਹ ਹੈ ਅਸਾਂ, ਤੈਨੂੰ ਤਮੀਜ਼ ਨਾਲ ਗੱਲ ਕਰਨ ਦੇ ਬੇਟਾ, ਗੁੱਸਾ ਚਬਲ ਬਣਾਈ ਬੈਠਾ, ਓਏ ਮੇਰੇ ਬਿਨਾ ਗੱਲ ਤਮੀਜ਼ ਨਾ ਕਰ, ਓਏ ਬੰਦਾ ਬੰਦਾ ਵਾ, ਮੂੰਹ ਤੇ ਮਾਰੀ ਲੱਥਾ ਦੇ, ਕਿਉਂ ਮੇਰਾ ਮੂੰਹ ਭਾਈ, ਚਲ ਪੁੱਛਿਆ ਕਿ ਸਰਕਾਰੀ ਦੇ ਚਗਲ ਜਾਣ ਦੇ, ਇੱਕ ਤੈਨ ਕੰਮ ਦੇਣ ਦੂਜਾ ਖੋਂਡੇ ਆ ਤੂੰ, ਕੰਮ ਬੜਾ ਪ੍ਰੋਫੈਸਰ ਨਾਲ ਗੋਲ ਬਿਠੇ ਕੁਰਸੀ ਤੇ ਬਾਹ ਕੇ ਕਰਨ, ਗੱਲਾਂ ਲੱਕੜ ਦੇ ਨੂੰ ਬਣਵਾ ਦੇਣੇ ਗੱਲਾਂ, ਕਿਹੜਾ ਲੱਕੜ ਦਾ ਗੱਲਾਂ ਭਾਈ, ਤੂੰ ਸਾਨੂੰ ਬੈਂਕ ਚ ਨੌਕਰੀ ਲਵਾ ਰਿਹਾ ਨਾ, ਤੇਰੀਆਂ ਇੱਜ਼ਤਾਂ ਵੀ ਉੱਤੋਂ ਕਰੀ ਹੈ,
ਰੋਟੀ ਤੈਨੂੰ ਮੈਂ ਦੇਣੀ ਰੋਟੀ ਮੇਰੇ ਦੀ ਮੈਂ ਤੇ ਕਿੰਨੇ ਉਹ ਨਹੀਂ ਚਾਹੀਦੀ ਸਾਨੂੰ ਰੋਟੀ ਆ ਜਾ ਯਾਰ ਚੰਗਾ ਖਾ ਤੂੰ ਰੁਕ ਜਾ ਯਾਰ ਆ ਜਾ ਤੂੰ ਉਹ ਗੱਲ ਤੇ ਸੁਣ ਸਾਰਾ ਬਾਦ ਨਾ ਤੇਰੀ ਗੱਲ ਸੁਣਗੇ ਸਿਰ ਇੱਕ ਹੋਰ ਕਰੋ ਕੀ ਹੋਏ ਬਜ਼ੁਰਗ ਜਿੰਦਾ ਤੁਹਾਡਾ ਜਿੰਦਾ ਬਿਲਕੁਲ ਜਿੰਦਾ ਠੀਕ ਹੈ ਤੁਸੀਂ ਬਜ਼ੁਰਗ ਨੂੰ ਤੇ ਮੈਂ ਉਹਦੇ ਕੋਲ ਪਨਵਾਈ ਰੱਖਾਂ